ਜੇ ਦਾ ਸੇਖਰੀ ਪਰਿਵਾਰ ਕਿਸੇ ਵੀ ਪਰਿਚੇ ਦਾ ਮੁਹਤਾਜ ਨਹੀਂ ਹੈ। 70 ਸਾਲ ਤੋਂ ਉਸ ਏਰੀਏ ਦੀ ਸੇਵਾ ਕੀਤੀ ਹੈ। 40 ਸਾਲ ਤੋਂ ਅਸ਼ਵਨੀ ਸ਼ੇਖਰੀ ਜੀ ਆਪਣੇ ਪਿਤਾ ਜੀ ਦੀ ਜੋ ਵਿਰਾਸਤ ਮਿਲੀ ਸੀ ਕਾਂਗਰਸ ਦੀ ਉਹਨੂੰ ਅੱਗੇ ਵਧਾਏ ਹੋਏ ਨੇ ਅਤੇ 25 ਸਾਲ ਦੀ ਉਮਰ ਸਭ ਤੋਂ ਘੱਟ ਉਮਰ ਦੇ ਵਿੱਚ ਪਹਿਲੀ ਵਾਰੀ ਉਹ MLA ਬਣਦੇ ਨੇ ਅਤੇ ਕਾਂਗਰਸ ਦੀ ਸੇਵਾ ਕਰਦੇ ਰਹਿੰਦੇ ਨੇ। ਪਰ ਅੱਜ ਦਾ ਦੌਰ ਇਹ ਹੈ ਕਿ ਉਹਨਾਂ ਨੂੰ ਕਾਂਗਰਸ ਛੱਡ ਕੇ BJP ਵਿੱਚ ਜਾਣਾ ਪਿਆ। ਸਾਡੇ ਨਾਲ ਅਸ਼ਵਨੀ ਸ਼ੇਖਰੀ ਜੀ ਖੁਦ ਨੇ ਜਿਨ੍ਹਾਂ ਨੂੰ BJP ਨੇ ਚੀਫ ਮੀਡੀਆ ਕੋਆਰਡੀਨੇਟਰ ਦੀ ਜਿਹੜੀ ਪੋਸਟ ਦਿੱਤੀ ਹੈ, ਕਾਫੀ ਅਹਿਮ ਪੋਸਟ ਹੈ ਕਿਉਂਕਿ ਇਲੈਕਸ਼ਨ ਦਾ ਦੌਰ ਹੈਗਾ। ਸੇਖਰੀ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੀਡੀਆ 'ਚ। ਥੈਂਕ ਯੂ ਜੋਸ਼ੀ ਸਾਹਿਬ, ਸਭ ਨੂੰ ਮੇਰਾ ਪ੍ਰਣਾਮ, ਨਮਸਕਾਰ। ਪਹਿਲਾ ਸਵਾਲ ਮੇਰਾ ਇਹ ਹੈ ਕਿ ਆਖਿਰਕਾਰ ਕਾਂਗਰਸ ਨੂੰ 70 ਸਾਲ ਬਾਅਦ ਅਲਵਿਦਾ ਕਰਨ ਕਰਕੇ BJP ਜਾਣ ਦੇ ਕੀ ਕਾਰਨ ਰਹੇ ਨੇ? ਜੋਸ਼ੀ ਜੀ, ਇਸ ਤਰ੍ਹਾਂ ਹੈ ਕਿ ਕਾਂਗਰਸ ਪਾਰਟੀ ਪਿਛਲੇ 7-8 ਸਾਲ ਤੋਂ ਮੈਂ ਦੇਖ ਰਿਹਾ, ਖਾਸ ਤੌਰ 'ਤੇ ਪੰਜਾਬ 'ਚ ਇੱਕ ਮਾਹੌਲ ਬਦਲ ਗਿਆ। ਉਸ ਪੰਜਾਬ ਦੀ ਕਾਂਗਰਸ 'ਚ ਹੁਣ ਮੈਰਿਟ ਨਹੀਂ ਚੱਲਦੀ, ਮਨੀ ਚੱਲਦੀ ਹੈ। ਔਰ ਜਿਹੜੇ ਟਕਸਾਲੀ ਕਾਂਗਰਸੀ ਨੇ, ਜਿਨ੍ਹਾਂ ਪਰਿਵਾਰਾਂ ਨੇ ਸ਼ਹੀਦੀਆਂ ਪਾਈਆਂ, ਗੋਲੀਆਂ ਖਾਧੀਆਂ ਕਾਂਗਰਸ ਦੀ ਸੇਵਾ ਦੇ ਵਿੱਚ, ਉਹ ਪਰਿਵਾਰ ਸਫੋਕੇਟਿਡ ਫੀਲ ਕਰ ਰਹੇ ਨੇ। ਉਹਨਾਂ ਨੂੰ ਜਲੀਲ ਕੀਤਾ ਜਾ ਰਿਹਾ ਔਰ ਉਹਨਾਂ ਨੂੰ ਇੰਨਾ ਇਗਨੋਰ ਕੀਤਾ ਗਿਆ ਹੈ ਕਿ ਅੱਜ ਉਹ ਕਾਂਗਰਸ ਛੱਡਣ ਨੂੰ ਮਜਬੂਰ ਹੋ ਗਏ। ਇੱਕ ਗੈਂਗ ਬਣਾ ਕੇ ਘੇਰਾ ਪਾ ਕੇ ਇੱਕ ਇੱਕ ਲੀਡਰ ਨੂੰ ਹੌਲੀ ਹੌਲੀ ਯੂਨਾ ਕਰੂਸੀਫਾਈਡ ਕਰ ਰਹੇ ਨੇ। ਉਹਨਾਂ ਨੂੰ ਸਮਝ ਲਓ ਜਲੀਲ ਕਰਕੇ ਪਾਰਟੀ 'ਚੋਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਕ ਬੜੀ ਵੱਡੀ ਸਾਜ਼ਿਸ਼ ਹੈ। ਤੋ ਸਾਜ਼ਿਸ਼ ਦੇ ਖਿਲਾਫ਼ ਜੰਗ ਕਰਨਾ ਮੇਰੀ ਫਿਤਰਤ ਹੈ। ਹਰ ਵੇਲੇ ਜਿੱਥੇ ਕਿਤੇ ਧੱਕਾ ਹੁੰਦਾ ਉਹਦੇ ਖਿਲਾਫ਼ ਖਲੋਈਦਾ। ਅਤੇ ਸਾਡੇ ਕੋਲ ਆਪਸ਼ਨ ਕੀ? ਆਪਸ਼ਨ ਇਸ ਵੇਲੇ ਭਾਰਤੀ ਜਨਤਾ ਪਾਰਟੀ, ਇਸ ਤੋਂ ਵਧੀਆ ਤਾਂ ਹੈ ਨਹੀਂ। ਮਾਨਨੀਏ ਨਰਿੰਦਰ ਭਾਈ ਮੋਦੀ ਜੀ, ਅਮਿਤ ਸ਼ਾਹ ਜੀ, ਨੱਡਾ ਸਾਹਿਬ, ਇਹਨਾਂ ਨੇ ਜੋ ਪਿਛਲੇ 9 ਸਾਲ ਕੰਮ ਕੀਤਾ, ਦੇਸ਼ ਸੁਪਰ ਫਾਸਟ ਸਪੀਡ ਦੇ ਤਰੱਕੀ ਕਰ ਰਿਹਾ। ਅਸੀਂ ਬਾਹਰ ਜਾ ਕੇ ਦੇਖਦੇ, UP ਚਲੇ ਜਾਈਏ, ਮਹਾਰਾਸ਼ਟਰ ਚਲੇ ਜਾਈਏ, ਗੁਜਰਾਤ ਚਲੇ ਜਾਈਏ, ਕਿਤੇ ਵੀ ਜਾਈਏ ਦੇਸ਼ 'ਚ, ਦੇਸ਼ ਤਰੱਕੀ ਕਰ ਰਿਹਾ ਔਰ ਇੰਨੀ ਸੁਪਰ ਫਾਸਟ ਸਪੀਡ 'ਤੇ ਤਰੱਕੀ ਕਰ ਰਿਹਾ ਕਿ ਇੰਡੀਆ ਅੱਜ ਦੁਨੀਆ ਦੀ ਸੁਪਰ ਪਾਵਰ ਬਣ ਗਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ 3rd ਇਕਨੋਮਿਕ ਪਾਵਰ ਬਣਨ ਜਾ ਰਿਹਾ। ਜਦ ਦੇਸ਼ ਤਰੱਕੀ ਕਰ ਰਿਹਾ, ਮੈਨੂੰ ਇਸ ਚੀਜ਼ ਦਾ ਅਫਸੋਸ ਹੈ ਕਿ ਸਾਡਾ ਪੰਜਾਬ ਡਾਊਨ ਜਾ ਰਿਹਾ। ਪੰਜਾਬ ਦੇ ਲੋਕ ਪਿੱਛੇ ਜਾ ਰਹੇ ਨੇ, ਗਰੀਬੀ ਵੱਧ ਰਹੀ ਹੈ, ਲੋਕਾਂ 'ਚ ਮਾਯੂਸੀ ਹੈ, ਲੋਕ ਘਬਰਾਏ ਨੇ ਕਿ ਕੀ ਬਣਨਾ ਸਾਡੇ ਬੱਚਿਆਂ ਦਾ। ਔਰ ਅੱਜ ਪੰਜਾਬ ਜਿੰਨਾ ਡਾਊਨ ਜਾ ਰਿਹਾ, ਇਹਨੂੰ ਬਚਾਉਣਾ ਪਏਗਾ। ਇਹਨੂੰ ਅੱਗੇ ਲਿਜਾਣ ਦੇ ਲਈ ਕੀ ਤਰੀਕਾ? ਆ ਜਿਹੜੀਆਂ ਪਾਰਟੀਆਂ ਇੱਥੇ, ਕਾਂਗਰਸ ਦੇ ਤਾਂ ਭੱਲੇ ਕੁਛ ਨਹੀਂ, ਆ ਦੂਜੀਆਂ ਜਿਹੜੀਆਂ ਪਾਰਟੀਆਂ ਨੇ, ਇਹ ਨਹੀਂ ਪੰਜਾਬ ਨੂੰ ਅੱਗੇ ਲਿਜਾ ਸਕਦੀ। ਪੰਜਾਬ ਨੂੰ ਅਗਰ ਅੱਗੇ ਲਿਜਾਣਾ, ਦੇਸ਼ ਦੇ ਨਾਲ ਕਦਮ ਬਾ ਕਦਮ ਮਿਲਾ ਕੇ ਅੱਗੇ ਵਧਣਾ ਹੈ। ਅਤੇ ਨਰਿੰਦਰ ਭਾਈ ਮੋਦੀ ਜੀ ਦੇ ਇਲਾਵਾ, BJP ਤੋਂ ਇਲਾਵਾ ਸਾਡੇ ਕੋਲ ਕੋਈ ਵਿਕਲਪ ਨਹੀਂ ਹੈ। ਸਿਰਫ ਭਾਰਤੀ ਜਨਤਾ ਪਾਰਟੀ ਔਰ ਮੋਦੀ ਸਾਹਿਬ, ਜਾਖੜ ਸਾਹਿਬ, ਇਹ ਸਾਡੀ ਲੀਡਰਸ਼ਿਪ ਹੈ, ਇਹ ਸਾਰੇ ਮਿਲ ਕੇ ਸਾਨੂੰ ਅੱਗੇ ਲੈ ਕੇ ਜਾ ਸਕਦੇ। ਇਸ ਲਈ ਅਸੀਂ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਹੈ ਔਰ ਮੈਂ ਅਪੀਲ ਵੀ ਕਰਾਂਗਾ ਕਿ ਜਿਹੜੇ ਲੋਕ ਪੰਜਾਬ ਨਾਲ ਪਿਆਰ ਕਰਦੇ, ਪੰਜਾਬ ਦੀ ਤਰੱਕੀ ਚਾਹੁੰਦੇ ਨੇ, ਨੌਜਵਾਨ ਬੱਚਿਆਂ ਨੂੰ ਖੁਸ਼ਹਾਲ ਪੰਜਾਬ ਦੇਣਾ ਚਾਹੁੰਦੇ ਆ, ਉਹ ਮਿਲ ਕੇ ਭਾਰਤੀ ਜਨਤਾ ਪਾਰਟੀ ਜਾਫਲ ਹੋਈਏ ਅਤੇ ਅੱਗੇ ਵਧੀਏ। ਤੁਸੀਂ ਕਿਹਾ ਕਿ ਅਸੀਂ ਭਾਰਤੀ ਜਨਤਾ ਪਾਰਟੀ ਤਾਂ ਆਏ ਹਾਂ ਕਿ ਜਿਹੜਾ ਹੈਗਾ ਕਾਫੀ ਲੋਕਪ੍ਰਿਯ ਪਾਰਟੀ ਹੋ ਗਈ ਹੈ, ਪਰ ਇਸ ਤੋਂ ਵੱਡੀ ਗੱਲ ਹੈ ਕਿ ਪੰਜਾਬ 'ਚ ਜਾ ਕੇ ਆਪਾਂ ਗੱਲ ਕਰੀਏ ਅਤੇ ਪੰਜਾਬ 'ਚ ਤੁਸੀਂ BJP ਦਾ ਜਿਹੜਾ ਭਵਿੱਖ ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਲੋਕ ਸਭਾ ਦੇ ਇਲੈਕਸ਼ਨ ਵੀ ਆ ਗਏ ਨੇ ਅਤੇ ਇਕੱਲੇ ਪਹਿਲਾਂ ਵਿਧਾਨ ਸਭਾ ਇਲੈਕਸ਼ਨ ਲੜਿਆ ਅਤੇ ਹੁਣ ਲੋਕ ਸਭਾ ਇਲੈਕਸ਼ਨ ਲੜਨ ਜਾ ਰਹੇ ਨੇ। ਦੇਖੋ, ਮੈਂ ਜੋਸ਼ੀ ਜੀ ਸਮਝਦਾ ਹਾਂ ਕਿ ਪੰਜਾਬ ਦੇ ਲੋਕ ਬਹੁਤ ਸਿਆਣੇ ਔਰ ਪੰਜਾਬ ਦੇ ਵਿੱਚ ਰਹਿ ਕੇ ਖਾਸ ਤੌਰ 'ਤੇ ਪਿੰਡਾਂ ਦੀ ਸੱਤਾਂ 'ਤੇ ਬੈਠ ਕੇ ਜਦੋਂ ਡਿਸਕਸ਼ਨਾਂ ਕਰਦੇ ਹਾਂ, ਅਸੀਂ ਮਹੱਲਿਆਂ 'ਚ ਡਿਸਕਸ ਕਰਦੇ ਹਾਂ, ਹਰ ਪੰਜਾਬੀ ਚਾਹੁੰਦਾ ਹੈ ਕਿ ਪੰਜਾਬ ਵੀ ਅੱਗੇ ਵਧੇ। ਔਰ ਅਗਰ ਅੱਗੇ ਵਧਣਾ ਹੈ ਤਾਂ ਆਪਾਂ ਡਿਸਕਸ ਕਰ ਲਓ, ਸਿਵਾਏ ਭਾਰਤੀ ਜਨਤਾ ਪਾਰਟੀ ਅਤੇ ਕੋਈ ਹੋਰ ਪਾਰਟੀ ਹੈ ਨਹੀਂ ਦੇਸ਼ ਦੇ ਵਿੱਚ। ਆਹ ਅਗਲੀ 3rd ਟਰਮ ਵੀ ਨਰਿੰਦਰ ਭਾਈ ਮੋਦੀ ਜੀ ਨੂੰ ਮਿਲਣ ਵਾਲੀ ਹੈ, ਪੂਰਾ ਦੇਸ਼ ਉਹਨਾਂ ਦੇ ਨਾਲ ਜੁੜਿਆ, ਭਗਵਾਨ ਰਾਮ ਦੀ ਕਿਰਪਾ ਹੋ ਚੁੱਕੀ ਔਰ ਸਾਰਾ ਦੇਸ਼
ਇਕੱਠਾ ਹੋ ਕੇ ਇਸ ਤਰ੍ਹਾਂ ਇਕੱਠਾ ਹੋ ਗਿਆ ਮੋਦੀ ਸਾਹਿਬ ਦੇ ਪਿੱਛੇ ਔਰ ਮੋਦੀ ਸਾਹਿਬ ਦੇ ਨਾਲ ਹੈ ਔਰ ਉਹ ਸੇਵਕ ਬਣ ਕੇ ਸੇਵਾ ਕਰਨਾ ਚਾਹੁੰਦੇ ਨੇ। ਪਾਰਲੀਮੈਂਟ 'ਚ ਵੀ ਇਹੀ ਦੇਖਿਆ, ਬਾਅਦ ਵੀ ਦੇਖਿਆ, ਅਤੇ ਅੱਜ ਪੰਜਾਬ ਨੂੰ ਅੱਗੇ ਲਿਜਾਣ ਦੇ ਲਈ ਪੰਜਾਬੀ ਵੀ ਇਕੱਠੇ ਹੋਣਗੇ। ਸੂਝਵਾਨ ਲੋਕ ਨੇ, ਇਹਨਾਂ ਦੇਸ਼ ਨੂੰ ਆਜ਼ਾਦੀ ਦਵਾਈ ਹੈ, ਪੰਜਾਬ ਅਗਾਂਹ ਵਧੂ ਸੋਚ ਹੈ, ਅਤੇ ਮੈਂ ਨਹੀਂ ਸਮਝਦਾ ਕਿ ਆਉਣ ਵਾਲੇ ਚੁਣਾਵ 'ਚ ਕਿਸੇ ਹੋਰ ਪਾਰਟੀ ਬਾਰੇ ਸੋਚ ਸਕਦੇ ਨੇ। ਲੋਕ ਇਕੱਠੇ ਹੋਣਗੇ ਪੰਜਾਬ 'ਚ ਅਤੇ ਭਾਰਤੀ ਜਨਤਾ ਪਾਰਟੀ ਨੂੰ ਵੋਟ ਦੇ ਕੇ ਦੇਸ਼ 'ਚ ਮਜ਼ਬੂਤ ਸਰਕਾਰ ਬਣਾਉਣਗੇ ਔਰ ਨਾਲ ਹੀ ਪੰਜਾਬ ਨੂੰ ਵੀ ਅੱਗੇ ਲੈ ਕੇ ਜਾਣਗੇ। ਪਰ ਮੁੱਖ ਮੰਤਰੀ ਭਗਵੰਤ ਮਾਨ ਤਾਂ ਕਹਿੰਦੇ ਆ ਕਿ 13-0 ਐਤਕੀ 13 ਜਿਹੜੀਆਂ ਆਮ ਆਦਮੀ ਪਾਰਟੀ ਦੇ 0 ਬਾਕੀ ਸਾਰੇ ਹੋਣਗੇ ਜੀ, ਅਤੇ ਉਹ ਕਹਿੰਦੇ ਨੇ ਕਿ ਸਰਕਾਰ ਜਿਹੜੀ ਹੈਗੀ ਹੈ ਕੇਂਦਰ ਸਾਡੇ ਨਾਲ ਧੱਕਾ ਕਰਦੀ ਹੈ, ਸਾਡੇ ਪੈਸੇ ਰੋਕ ਰਹੀ ਹੈ, ਪੰਜਾਬ ਨਾਲ ਵਿਤਕਰਾ ਕੀਤਾ ਜਾ ਰਿਹਾ, ਅੱਜ ਵੀ ਜੰਤਰ ਮੰਤਰ ਦੇ ਉੱਪਰ ਧਰਨਾ ਦਿੱਤਾ ਜਾ ਰਿਹਾ। ਦੇਖੋ, ਕਰਨਾ ਆਪ ਨਹੀਂ ਕੁਛ ਆਉਂਦਾ, ਕੰਮ ਆਪ ਨਹੀਂ ਕਰਦੇ ਅਤੇ ਇਲਜ਼ਾਮ ਦੂਸਰੇ ਦੇ ਲਗਾਉਂਦੇ ਨੇ। ਆ ਦੂਜੀਆਂ ਸਰਕਾਰਾਂ ਵੀ ਕਈ ਜਗ੍ਹਾ ਨੌਨ ਬੀਜੇਪੀ ਸਰਕਾਰਾਂ ਵੀ ਹੈ। ਮੈਂ ਇੱਕ ਇਗਜ਼ਾਮਪਲ ਤੁਹਾਡੇ ਨਾਲ ਸ਼ੇਅਰ ਕਰਨਾ, ਬਾਕੀ ਲਿਸਟ ਬੜੀ ਲੰਬੀ ਹੈ। ਆਪਾਂ ਅਗਰ ਦੇਖੀਏ ਪ੍ਰਧਾਨ ਮੰਤਰੀ ਆਵਾਸ ਯੋਜਨਾ, ਪਿਛਲੇ 9 ਸਾਲ 'ਚ ਕਰੀਬਨ 3 ਕਰੋੜ ਇਹਦੇ 'ਚ ਘਰ ਬਣੇ ਨੇ। ਪ੍ਰਧਾਨ ਮੰਤਰੀ ਆਵਾਸ ਯੋਜਨਾ ਕੀ ਹੈ ਮੈਂ ਆਪਣੇ ਪੰਜਾਬੀਆਂ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਜਿਹੜੇ ਲੋਕ ਵਿਚਾਰੇ ਕਿਰਾਏ 'ਤੇ ਰਹਿੰਦੇ ਨੇ, ਕਈਆਂ ਦੇ ਘਰ ਬਹੁਤ ਟੁੱਟ ਗਏ ਨੇ, ਪਰਿਵਾਰ ਵੱਡੇ ਹੋ ਗਏ, ਕਮਰੇ ਸਿਰਫ 2 ਹੀ ਨੇ। ਸ਼ਹਿਰਾਂ 'ਚ ਮੈਂ ਦੇਖਣਾ 2-2, 3-3 ਕਮਰਿਆਂ 'ਚ 4-4 ਪਰਿਵਾਰ ਰਹਿ ਰਹੇ ਨੇ, ਬੱਚੇ ਸੁੱਕਣਾ ਬਹਿ ਗਏ, ਜਗ੍ਹਾ ਹੈ ਨਹੀਂ ਰਹਿਣ ਨੂੰ, ਔਰ ਇੱਕ ਪਿੰਡਾਂ 'ਚ ਵੀ ਇਹੀ ਹਾਲ ਹੈ। ਇੱਕ ਬਹੁਤ ਵੱਡੀ ਸਮੱਸਿਆ ਹੈ ਹਾਊਸਿੰਗ ਦੀ। ਉਹਦੇ ਲਈ ਪ੍ਰਧਾਨ ਮੰਤਰੀ ਜਿਹੜੀ ਆਵਾਸ ਯੋਜਨਾ ਹੈ, ਜਿਹਦੇ ਵਿੱਚ ਕੇਂਦਰ ਸਰਕਾਰ ਸ਼ਹਿਰੀ ਘਰ ਬਣਾਉਣਾ ਹੋਵੇ ਸ਼ਹਿਰੀਆਂ ਵਾਸਤੇ, ਉਹਨਾਂ ਦਿੰਦੇ 1,75,000 ਰੁਪਈਆ, ਅਤੇ 25,000 ਰੁਪਏ ਦੇਣਾ ਹੁੰਦਾ ਵਾ ਪੰਜਾਬ ਸਰਕਾਰ ਨੇ, ਅਤੇ ਉਹ 2-3 ਲੱਖ ਰੁਪਏ ਲਗਾ ਕੇ ਅੱਛਾ ਘਰ ਬਣ ਸਕਦਾ। ਬਟ ਇਹ ਪੰਜਾਬ ਸਰਕਾਰ ਦੱਸੇ ਇਹਨਾਂ ਨੇ ਕੋਈ ਪੈਸਾ ਦਿੱਤਾ, ਇਸ ਲਈ ਕੇਂਦਰ ਤੋਂ ਪੈਸਾ ਨਹੀਂ ਆਇਆ। ਦੂਸਰੇ ਬੰਨੇ ਪਿੰਡਾਂ ਵਿੱਚ ਜਿਹੜੀ ਸਕੀਮ ਹੈਗੀ ਆ, ਕੇਂਦਰ ਸਰਕਾਰ ਦਿੰਦੀ ਹੈ 1,10,000 ਰੁਪਈਆ ਹਰ ਘਰ ਦੇ ਲਈ, ਔਰ ਪੰਜਾਬ ਸਰਕਾਰ ਨੂੰ 20,000 ਦੇਣਾ ਹੁੰਦਾ ਅਤੇ ਘਰ ਬਣ ਜਾਂਦਾ ਪਿੰਡ ਦੇ ਵਿੱਚ। ਸਵਾਲ ਇਹ ਹੈ ਕਿ ਇਹਨਾਂ ਨੇ ਆਪ ਤਾਂ 1 ਰੁਪਇਆ ਦਿੱਤਾ ਨਹੀਂ, ਪ੍ਰਪੋਜ਼ਲ ਕੋਈ ਬਣਾਈ ਨਹੀਂ, ਅਤੇ ਜਿਹੜੇ ਲੱਖਾਂ ਘਰ ਪੰਜਾਬ 'ਚ ਬਣਨੇ ਸੀ 1 ਵੀ ਨਹੀਂ ਬਣਿਆ। ਜੇ 3 ਕਰੋੜ ਘਰ ਜਿਹੜੇ ਆ ਸਾਰੇ ਹਿੰਦੁਸਤਾਨ 'ਚ ਬਣ ਸਕਦੇ ਆ, ਜਿਹਦੇ 'ਚ ਉਹ ਸਰਕਾਰ ਉੜੀਸਾ ਦੀ ਸਰਕਾਰ 'ਚ ਬਣੇ ਆ, ਤੁਹਾਡੇ ਉੱਥੇ ਬੰਗਾਲ 'ਚ ਬਣੇ ਨੇ, ਉੱਥੇ ਵੀ ਸਰਕਾਰਾਂ ਦੂਜੀ ਪਾਰਟੀ ਦੀਆਂ ਬਣੇ ਆ ਲੱਖਾਂ ਘਰ, 3 ਕਰੋੜ ਘਰ ਸਾਰੇ ਹਿੰਦੁਸਤਾਨ 'ਚ ਬਣੇ। ਮੈਨੂੰ ਪੰਜਾਬ ਸਰਕਾਰ ਜਵਾਬ ਦੇਵੇ, ਮੁੱਖ ਮੰਤਰੀ ਸਾਹਿਬ ਤੁਸੀਂ ਪੰਜਾਬ 'ਚ ਕਿਉਂ ਨਹੀਂ ਬਣਾਇਆ? ਹੁਣ ਅਗਲੇ 5 ਸਾਲ 'ਚ ਮੋਦੀ ਸਾਹਿਬ ਨੇ ਇਹ ਕਿਹਾ ਕਿ ਮੈਂ 2 ਕਰੋੜ ਘਰ ਬਣਾ ਕੇ ਦਿਆਂਗਾ ਗਰੀਬ ਪਰਿਵਾਰਾਂ ਦੇ, 2 ਕਰੋੜ ਘਰ। ਅਗਰ ਪੰਜਾਬ ਦੇ ਲੋਕਾਂ ਨੇ, ਜਿਨ੍ਹਾਂ ਲੋਕਾਂ ਕੋਲ ਮਕਾਨ ਨਹੀਂ, ਜਿਹੜੇ ਕਿਰਾਏ 'ਤੇ ਰਹਿੰਦੇ ਜਾਂ ਪਰਿਵਾਰ ਸੁੱਖਣਾ ਵੱਡੇ ਹੋ ਗਏ ਨੇ, ਅਗਰ ਮਕਾਨ ਚਾਹੀਦੇ ਆ, ਅਤੇ ਭਾਰਤੀ ਜਨਤਾ ਪਾਰਟੀ ਦੇ ਮੋਦੀ ਸਾਹਿਬ ਦੇਣ ਨੂੰ ਤਿਆਰ ਹੈ, ਆਪਾਂ ਇਕੱਠੇ ਹੋ ਕੇ ਉਹਨਾਂ ਨਾਲ ਚੜ੍ਹੀਏ। ਔਰ ਸਾਡੀ ਗਰੰਟੀ ਹੈ ਜਾਖੜ ਸਾਹਿਬ ਵੱਲੋਂ, ਸਾਡੇ ਵੱਲੋਂ, ਸਾਡੇ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਗਰੰਟੀ ਹੈ, ਤੁਸੀਂ ਪੰਜਾਬ ਦੇ ਵਿੱਚ ਇਕੱਠੇ ਹੋ ਕੇ ਮੋਦੀ ਸਾਹਿਬ ਨਾਲ ਜੁੜੋ, ਬੀਜੇਪੀ ਨਾਲ ਜੁੜੋ, ਅਸੀਂ ਤੁਹਾਨੂੰ ਮਕਾਨ ਲੈ ਕੇ ਦਿਆਂਗੇ, ਜੋ ਸਾਡਾ ਹਿੱਸਾ ਬਣਦਾ ਪੰਜਾਬ ਦਾ ਲੈ ਕੇ ਆਵਾਂਗੇ। ਤੁਸੀਂ ਸਿੱਧੂ ਸਾਹਿਬ ਦੇ ਬਹੁਤ ਨਜ਼ਦੀਕ ਰਹੇ ਹੋ, ਅਤੇ ਤੁਸੀਂ ਆ ਗਏ ਹੋ, ਕਿ ਲੱਗਦਾ ਹੁਣ ਜਿਹੜੇ ਨਵਜੋਤ ਸਿੱਧੂ ਉਹ ਵੀ ਬੀਜੇਪੀ ਜਾ ਸਕਦੇ ਹੈ? ਦੇਖੋ, ਸਿੱਧੂ ਸਾਹਿਬ ਇੱਕ ਸਾਫ਼ ਸਪੱਸ਼ਟ ਲੀਡਰ ਨੇ, ਉਹਨਾਂ ਨੇ ਮੈਨੂੰ ਇਨਵਾਈਟ ਕੀਤਾ ਸੀ ਅਤੇ ਉਹਨਾਂ ਨੇ ਕਿਹਾ ਸੀਖੜੀ ਸਾਹਿਬ ਮੇਰਾ ਸਾਥ ਦਿਓ, ਮੈਂ ਉਹਨਾਂ ਦਾ ਸਾਥ ਦਿੱਤਾ ਸੀ, ਉਹਨਾਂ ਨਾਲ ਚੱਲੇ। ਪਰ ਜਦੋਂ ਡਿਸਕਸ਼ਨ ਹੋਈ ਹੈ, ਮੈਂ ਉਹਨਾਂ ਨੂੰ ਕਿਹਾ ਕਿ ਜਿਹੜੀ ਇਹ ਲੀਡਰਸ਼ਿਪ ਬੈਠੀ ਹੈ ਸਿੱਧੂ ਸਾਹਿਬ ਇੱਥੇ ਪੰਜਾਬ ਕਾਂਗਰਸ ਦੇ ਵਿੱਚ, ਇਸ ਲੀਡਰਸ਼ਿਪ ਨੇ ਚੰਗੇ ਬੰਦਿਆਂ ਨੂੰ ਚੱਲਣ ਨਹੀਂ ਦੇਣਾ। ਸਿੱਧੂ ਸਾਹਿਬ ਇਮਾਨਦਾਰ ਲੋਕ ਨੇ, ਕੰਮ ਕਰਨਾ ਚਾਹੁੰਦੇ ਨੇ ਪੰਜਾਬ ਦੇ ਲਈ, ਵਧੀਆ ਬੰਦੇ ਨੇ, ਪਰ ਮੌਕਾ ਕਿਹਨੇ ਦੇਣਾ? ਜਿਹੜੀ ਲੀਡਰਸ਼ਿਪ ਨੇ ਗੈਂਗ ਬਣਿਆ, ਉਹਨਾਂ ਨੇ ਨਹੀਂ ਚੱਲਣ ਦੇਣਾ ਕਿ ਚੰਗੇ ਬੰਦੇ ਨੂੰ। ਮੈਂ ਤਾਂ ਕਹਾਂਗਾ ਜਿੰਨੇ ਵੀ ਲੋਕ ਨੇ ਇੰਕਲੂਡਿੰਗ ਸਿੱਧੂ ਸਾਹਿਬ, ਸਾਰੇ ਜਣੇ ਆਓ, ਇਕੱਠੇ ਹੋ ਗਏ ਅਸੀਂ ਪੰਜਾਬ ਦੀ ਸੇਵਾ ਕਰਨੀ ਹੈ। ਕਾਂਗਰਸ ਪਾਰਟੀ 'ਤੇ ਨਾ ਉੱਥੇ ਕੋਈ ਫਿਊਚਰ ਹੈ, ਨਾ ਪੰਜਾਬ ਦਾ ਫਿਊਚਰ ਹੈ, ਨਾ ਉਹ ਕੈਪੇਬਲ ਨੇ
ਕਿ ਪੰਜਾਬ ਜਾਂ ਦੇਸ਼ ਨੂੰ ਅੱਗੇ ਲਿਜਾ ਸਕਣ। ਅੱਜ ਸਮੇਂ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਨੂੰ ਅੱਗੇ ਲਿਜਾਣਾ ਜੇ ਤਾਂ ਮੇਰੇ ਮਿੱਤਰੋ, ਮੇਰੇ ਸਾਥੀਓ, ਮੇਰੇ ਭੈਣੋ ਭਰਾਓ, ਪਿਆਰੇ ਬੱਚਿਓ, ਓਨਲੀ ਵਨ ਆਪਸ਼ਨ, ਓਨਲੀ ਇੱਕੋ ਵਿਕਲਪ ਹੈ ਕਿ ਅਸੀਂ ਬੀਜੇਪੀ ਨੂੰ ਅੱਗੇ ਲੈ ਕੇ ਜਾਈਏ ਔਰ ਮੋਦੀ ਸਾਹਿਬ ਦੇ ਨਾਲ ਜੁੜੀਏ। ਅਤੇ ਤੁਸੀਂ ਕਿਹਾ ਵੀ ਬੀਜੇਪੀ ਨੂੰ ਅੱਗੇ ਲੈ ਕੇ ਜਾਈਏ, ਮੋਦੀ ਸਾਹਿਬ ਦੇ ਨਾਲ ਜੁੜੀਏ, ਪਰ ਜਿਹੜੀ ਆਮ ਆਦਮੀ ਪਾਰਟੀ ਹੈਗੀ ਹੈ ਔਰ ਕਾਂਗਰਸ ਹੈਗੀ ਹੈ, ਉਹ ਤਾਂ ਕਹਿੰਦੇ ਕਿ ਬੀਜੇਪੀ ਪੰਜਾਬ ਵਾਸਤੇ ਕੁਛ ਨਹੀਂ ਕਰਦੀ। ਕਿਆ ਇਹਨਾਂ ਦਾ ਆਪਸ ਅਲਾਇੰਸ ਹੋਏਗਾ? ਇੰਡੀਆ ਗਠਬੰਧਨ ਦੀ ਗੱਲ ਕਰਦੇ ਹਾਂ, ਚੰਡੀਗੜ੍ਹ ਤਾਂ ਕਹਿੰਦੇ ਅਸੀਂ ਇਕੱਠੇ ਹੋ ਗਏ, ਪਰ ਪੰਜਾਬ 'ਚ ਇਕੱਠੇ ਹੋਣਗੇ? ਦੇਖੋ, ਇੰਡੀ ਜਿਹੜਾ ਗਠਬੰਧਨ ਬਣਿਆ ਵਾ ਉਹਦਾ ਹਾਲ ਤੁਸੀਂ ਦੇਖੋ। ਮੈਂ ਹਰੇ ਜ਼ਿੰਦਗੀ 'ਚ ਐਸਾ ਕਦੀ ਕਿਤੇ ਨਾ ਕੋਈ ਪਾਰਟਨਰਸ਼ਿਪ ਦੇਖੀ, ਨਾ ਗਠਬੰਧਨ ਦੇਖਿਆ, ਨਾ ਕੋਈ ਅਸੂਲ ਇਕੱਠੇ ਨੇ। ਇੱਕ ਦੂਜੇ ਨਾਲ ਗਾਲਾਂ ਕੱਢਦੇ ਨੇ, ਇੱਕ ਦੂਜੇ ਦੇ ਖਿਲਾਫ਼ ਬੋਲਦੇ ਨੇ, ਇੱਕ ਦੂਜੇ ਦੇ ਖਿਲਾਫ਼ ਚੁਣਾਵ ਲੜਦੇ ਨੇ, ਇੱਕ ਦੂਜੇ ਦੇ ਖਿਲਾਫ਼ ਮਾਰਨ ਮਰਾਉਣ ਤੱਕ ਜਾ ਰਹੇ ਨੇ। ਅਤੇ ਗਠਬੰਧਨ ਕਾਹਦਾ ਵਾ? ਗਠਬੰਧਨ ਕੋਈ ਨਹੀਂ ਹੈ ਇਹਨਾਂ ਦਾ, ਇਹ ਇਹਨਾਂ ਨੇ ਵੱਖਰੇ ਵੱਖਰੇ ਲੜਨਾ ਔਰ ਚੁਣਾਵ ਹੋਏਗਾ। ਜਨਤਾ ਜਿਹਨੂੰ ਆਸ਼ੀਰਵਾਦ ਦੇਗੀ ਉਹ ਸਹੀ ਚੱਲੇਗਾ ਪੰਜਾਬ ਦੇ ਲਈ। ਅਤੇ ਇੱਕ ਬੜੀ ਚਰਚਾ ਚੱਲ ਰਹੀ ਹੈ ਲੰਬੇ ਸਮੇਂ ਤੋਂ, 8-9 ਮਹੀਨੇ ਹੋ ਚੁੱਕੇ ਨੇ, ਕਿ ਆਮ ਜਿਹੜੀ ਹੈਗੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਨਾਲ ਗਠਬੰਧਨ ਗੱਲ ਕਰਨ ਤੋਂ ਇਨਕਾਰ ਕਰ ਰਹੀ ਹੈ, ਅਤੇ ਮੁੱਖ ਮੰਤਰੀ ਤਾਂ ਸਪਸ਼ਟ ਕਹਿ ਦਿੰਦੇ ਹੈ ਵੀ ਇੱਕ ਸੀ ਕਾਂਗਰਸ। ਇਹਦੇ ਮਾਇਨੇ ਕੀ ਸਮਝਦੇ ਤੁਸੀਂ? ਮੁੱਖ ਮੰਤਰੀ ਜਿਹੜਾ ਹੈ ਉਹਨਾਂ ਸਾਫ਼ ਦੱਸੀ ਹੈ ਕਿ ਇੱਕ ਸੀ, ਕਹਾਣੀ ਦੱਸਦੀ ਨਾ ਬੱਚਿਆਂ ਨੂੰ, ਏਕ ਥਾ ਰਾਜਾ ਏਕ ਸੀ ਰਾਣੀ, ਦੋਨੋਂ ਮਰ ਗਏ ਖਤਮ ਕਹਾਣੀ। ਉਹਨਾਂ ਦਾ ਮਤਲਬ ਹੈ ਕਿ ਇੱਕ ਕਾਂਗਰਸ ਸੀਗੀ, ਕਾਂਗਰਸ ਇਜ਼ ਫਿਨਿਸ਼ਡ ਨਾਓ, ਦਿਸ ਇਜ਼ ਵਾਟ ਚੀਫ ਮਿਨਿਸਟਰ ਇਜ਼ ਸੇਇੰਗ। ਸੀਐਮ ਕਹਿੰਦੇ ਕਿ ਕਾਂਗਰਸ ਖਤਮ ਹੋ ਚੁੱਕੀ ਹੈ। ਤਦੇ ਕਹਿੰਦੇ ਨਾ ਮੈਂ 13 ਦੇ 13 ਸੀਟਾਂ ਜਿੱਤਣੀਆਂ, ਪਰ ਕਈ ਜਨ ਦਿਲ ਕੋ ਬਹਿਲਾਣੇ ਕੇ ਲਈ ਗਾਲਿਬ ਖਿਆਲ ਅੱਛਾ, ਚੁਣਾਵ ਆਉਣ ਦਿਓ, ਪਤਾ ਚੱਲ ਜਾਏਗਾ 13 ਆਉਂਦੀਆਂ ਕਿ 0 ਆਉਂਦੀਆਂ, ਉਹਨਾਂ ਨੂੰ ਪਤਾ ਚੱਲੇਗਾ। ਅਸੀਂ ਇਹ ਦਾਅਵਾ ਕਰ ਰਹੇ ਕਿ ਸਭ ਤੋਂ ਪਹਿਲਾਂ ਮੈਂ ਇਹ ਗੱਲ ਕਹਿਣਾ ਚਾਹੁੰਦਾ, ਪੰਜਾਬ ਯੂਨੀਵਰਸਿਟੀ ਪੜ੍ਹੇ ਹਾਂ, ਲਾਅ ਗ੍ਰੈਜੂਏਟ ਹਾਂ, ਪੰਜਾਬ ਦੇ ਲੋਕ ਵੈਰੀ ਇੰਟੈਲੀਜੈਂਟ, ਪੰਜਾਬੀ ਦਾ ਵੈਰੀ ਇੰਟੈਲੀਜੈਂਟ, ਬਹੁਤ ਸਿਆਣੇ ਲੋਕ ਨੇ, ਸਹੀ ਫੈਸਲਾ ਲੈਣਗੇ। ਕੇਂਦਰ ਦਾ ਚੁਣਾਵ ਹੋਣ ਜਾ ਰਿਹਾ, ਇਹ ਨਾ ਤਾਂ ਸਰਪੰਚੀ ਹੈ, ਨਾ ਕੋਈ ਮਿਊਨਸਪਲ ਕਮੇਟੀ ਹੈ, ਨਾ ਕੋਈ ਮਹੱਲੇ ਦਾ ਚੁਣਾਵ ਹੈ, ਕੇਂਦਰ ਦਾ ਚੁਣਾਵ ਹੈ। ਅਸੀਂ ਬਾਰਡਰ ਸੀ ਸਟੇਟ ਦੇ, ਸਾਡਾ ਰੋਜ਼ ਪੰਗਾ ਰਹਿੰਦਾ ਪਾਕਿਸਤਾਨ ਦੇ ਨਾਲ ਔਰ ਉੱਥੋਂ ਹਮੇਸ਼ਾ ਸਾਨੂੰ ਡਿਸਟਰਬੈਂਸ ਹੁੰਦੀ ਹੈ। ਅਤੇ ਮਜ਼ਬੂਤ ਸਰਕਾਰ ਚਾਹੀਦੀ ਜਿਹੜੀ ਕਿ ਆਰਮੀ 'ਚ, ਡਿਫੈਂਸ 'ਚ ਮਜ਼ਬੂਤ ਹੋਵੇ ਔਰ ਫਾਈਨੈਂਸ਼ੀਅਲੀ ਵੀ ਮਜ਼ਬੂਤ ਹੋਵੇ। ਅੱਜ ਪੂਰੀ ਦੁਨੀਆ 'ਚ ਪੈਸੇ ਨਾਲ ਜਿਹੜੀ ਸਰਕਾਰਾਂ ਕੋਲ ਪੈਸਾ, ਉਹੀ ਉਹ ਵੈਲਫੇਅਰ ਸਕੀਮਾਂ ਚਲਾਉਂਦੀਆਂ। ਜੇ ਸਰਕਾਰ ਕੋਲ ਪੈਸਾ ਨਹੀਂ ਤਾਂ ਵੈਲਫੇਅਰ ਸਕੀਮ ਕਿੱਥੋਂ ਚਲਾਏਗੀ? ਆਹ ਮੋਦੀ ਸਾਹਿਬ ਜਿਹੜੇ ਹੈ ਇਹ ਕਿੱਥੇ ਲੈ ਗਏ ਨੇ ਹਿੰਦੁਸਤਾਨ ਦੀ ਇਕਾਨਮੀ? ਦੁਨੀਆ ਦੀ ਸਭ ਤੋਂ ਵੱਡੀ ਇਕਾਨਮੀ ਨੂੰ ਬੀਟ ਕਰਨ ਜਾ ਰਹੇ ਨੇ, ਅਸੀਂ ਬਰਾਬਰ ਬਰਾਬਰ ਆ ਰਹੇ ਹਾਂ ਅਮਰੀਕਾ ਦੇ ਨਾਲ। ਸਾਡੀ ਇਕਾਨਮੀ ਤੀਸਰੀ ਇਕਾਨਮੀ ਉਹਨਾਂ ਨੇ ਕਿਹਾ ਕਿ ਵਰਲਡ ਦੀ ਥਰਡ ਲਾਰਜੈਸਟ ਇਕਾਨਮੀ ਹੋਣ ਵਾਲੀ ਹੈ। ਅਤੇ ਜੇ ਸਰਕਾਰ ਕੋਲ ਪੈਸਾ ਆਊਗਾ ਤਾਂ ਫਿਰ ਹੀ ਗਰੀਬ ਲੋਕਾਂ ਨੂੰ, ਆਮ ਲੋਕਾਂ ਨੂੰ ਜਾਂ ਡਿਵੈਲਪਮੈਂਟ ਲਈ ਪੈਸਾ ਜਾਏਗਾ, ਸਕੂਲਾਂ ਲਈ, ਹਸਪਤਾਲਾਂ ਲਈ ਪੈਸਾ ਜਾਏਗਾ, ਕਾਲਜਾਂ ਲਈ ਪੈਸਾ ਜਾਏਗਾ, ਲੋਕਾਂ ਦੇ ਘਰ ਬਣਨਗੇ, ਸੜਕਾਂ ਬਣਨਗੀਆਂ, ਇਨਫਰਾਸਟ੍ਰਕਚਰ ਕ੍ਰੀਏਟ ਹੋਏਗਾ। ਅਤੇ ਜੇ ਪੈਸਾ ਹੀ ਨਾ ਹੋਇਆ ਤਾਂ ਫਿਰ ਕਿੱਥੋਂ ਹੋਏਗਾ? ਔਰ ਪੈਸਾ ਜਿਹੜਾ ਵਾ ਉਹ ਕੇਂਦਰ ਸਰਕਾਰ ਕੋਲ, ਪੰਜਾਬ ਸਰਕਾਰ ਕੋਲ ਤਾਂ ਹੈ ਹੀ ਕੁਛ ਨਹੀਂ। ਦਸਨ ਮਾਨ ਸਾਹਿਬ ਕੀ ਕੀਤਾ ਇਹਨਾਂ ਨੇ? ਜਿਹੜੇ ਪੈਸੇ ਕੇਂਦਰ ਤੋਂ ਆਏ, ਜਿਹੜੇ ਆ ਮੇਰੇ ਕੋਲ ਲਿਸਟ ਪਈ ਹੈ, ਮੈਂ ਤੁਹਾਨੂੰ ਦੱਸ ਸਕਦਾ, ਜਿਹੜੇ ਪੈਸੇ ਕੇਂਦਰ ਸਰਕਾਰ ਨੇ ਤੁਹਾਨੂੰ ਦਿੱਤੇ ਹੈਲਥ ਕੇਅਰ 'ਚ, ਉਹੀ ਉਹ ਪੈਸਾ ਜਿਹੜਾ ਵਾ ਸਾਡੇ ਪਹਿਲੇ ਕਲੀਨਿਕ ਚੱਲਦੇ ਸੀ ਪਿੰਡਾਂ 'ਚ, ਸਾਡੇ ਛੋਟੇ ਛੋਟੇ ਹੋਸਪਿਟਲ ਚੱਲਦੇ ਸੀ, ਜਿਹੜੇ ਰੂਰਲ ਕਲੀਨਿਕ ਚੱਲਦੇ ਸੀ, ਉੱਥੇ ਆਪਣਾ ਨਾਂ ਲਾ ਲਿਆ ਆਪ ਕਲੀਨਿਕ। ਉਹ ਤਾਂ ਕਹਿੰਦੇ 1 ਕਰੋੜ ਬੰਦਿਆਂ ਦਾ ਇਲਾਜ ਹੋਇਆ ਮੁਹੱਲਾ ਕਲੀਨਿਕਾਂ 'ਚ। ਉਹ ਪਹਿਲਾਂ ਵੀ ਤਾਂ ਹੁੰਦਾ ਸੀਗਾ, ਤੁਹਾਡਾ ਮਤਲਬ ਪਹਿਲਾਂ ਪਿੰਡਾਂ ਦੇ ਜਿਹੜੀ ਸਾਡੀ ਡਿਸਪੈਂਸਰੀਆਂ ਇਲਾਜ ਨਹੀਂ ਸੀ ਹੁੰਦਾ? ਉਹ ਵੀ ਡਾਟਾ ਦੱਸ ਦਿਨ ਪਹਿਲਾਂ ਕਿੰਨਾ ਹੁੰਦਾ ਸੀ? ਕਿਉਂ ਨਹੀਂ ਦੱਸਦੇ ਡਾਟਾ? ਸਿਰਫ ਆਪਣਾ ਬੋਰਡ ਲਾਉਣਾ ਹੁੰਦਾ ਕੋਈ ਆਪਣਾ, ਜਾਂ ਪੰਜਾਬ ਸਰਕਾਰ ਨੇ ਆਪਣੇ ਦਮ 'ਤੇ ਇੱਕ ਵੀ ਸਕੀਮ ਕੀਤੀ ਹੈ 2 ਸਾਲ ਦੱਸਣ? ਜਸਟ ਵਨ ਸਕੀਮ ਜਿਹੜੀ ਕਿ ਕੇਂਦਰ ਦੇ ਪੈਸੇ ਤੋਂ ਬਿਨਾਂ ਕੀਤੀ ਹੋਵੇ ਦੱਸਣ? ਪੰਜਾਬ ਸਰਕਾਰ ਨੂੰ ਟੈਕਸ ਨਹੀਂ ਦੇ ਰਿਹਾ ਸੀ, ਕਿੰਨਾ ਟੈਕਸ ਦੇ ਰਿਹਾ ਸੀ? ਆਹ ਨੌਕਰੀਆਂ ਵੰਡਦੇ ਜੋਸ਼ੀ ਸਾਹਿਬ, ਦੇਖੋ ਕਿੱਡਾ ਵੱਡਾ ਫਰੋਡ ਹੈ। ਵੀ ਨੌਕਰੀਆਂ ਸਰਕਾਰੀ ਕੀ ਚੀਜ਼ ਹੈ ਕਿ ਗਵਰਨਮੈਂਟ ਔਫ ਪੰਜਾਬ ਦਾ ਇੱਕ ਸੈਂਕਸ਼ਨ ਪੋਸਟ ਹੁੰਦੀ ਹੈ ਕਿ ਵੀ ਇਸ ਡਿਪਾਰਟਮੈਂਟ 'ਚ ਇੰਨੀਆਂ ਸੈਂਕਸ਼ਨ ਹੈ, ਇੰਨੇ ਕਲਰਕ ਨੇ, ਇੰਨੇ ਅਫਸਰ ਨੇ, ਇੰਨੇ IAS, ਸਾਰੇ ਸੈਂਕਸ਼ਨ ਪੋਸਟ ਹੁੰਦੀਆਂ।
ਔਰ ਹਰ ਸਰਕਾਰ ਨੂੰ ਸੈਂਕਸ਼ਨ ਪੋਸਟ ਦੇ ਹਿਸਾਬ ਨਾਲ ਨੌਕਰੀਆਂ ਦੇਣੀਆਂ ਹੁੰਦੀਆਂ ਉਹਨਾਂ ਨੇ, ਵੀ ਇੰਨੀ ਜ਼ਰੂਰਤ ਉਹਨੇ ਬੰਦੇ ਰੱਖਣੇ ਪੈਣਗੇ। ਸਰਕਾਰਾਂ ਸਾਰੀਆਂ ਰੱਖਦੀਆਂ ਸਨ, ਹੁਣ ਮੁੱਖ ਮੰਤਰੀ ਕੀ ਸਾਹਿਬ ਸੱਕੀ ਕਰਦੇ ਨੇ ਕਿ ਜਿਹੜੇ ਰੂਟੀਨ 'ਚ ਨੌਕਰੀਆਂ ਨੇ ਉਹਨਾਂ ਦੇ ਪੱਤਰ ਵੰਡਣੇ ਨੇ ਕਲਰਕ ਦਾ ਪੱਤਰ। ਪਹਿਲਾਂ ਵੀ ਤਾਂ ਕਲਰਕਾਂ ਦੀ ਨੌਕਰੀਆਂ ਮਿਲਦੀਆਂ ਸੀ, ਹਰ ਸਰਕਾਰ ਦਿੰਦੀ ਸੀ। ਤੁਸੀਂ ਦੱਸੋ ਨਵੀਆਂ ਕਿਹੜੀਆਂ ਕੀਤੀਆਂ? ਵੀ ਜੇ ਤੁਹਾਡੀ 100 ਸੈਂਕਸ਼ਨ ਪੋਸਟ ਹੈ, ਕਿਆ ਉਹਨੂੰ 125 ਕਰਤੀਆਂ ਜਾਂ 110 ਵੀ ਵਧਾਈਆਂ? ਦੱਸਣ ਕੋਈ ਨਵੀਂ ਕੋਡ ਇਹਨਾਂ ਨੇ ਜੋਬ ਦਿੱਤੀ ਹੈ, ਦੱਸਣ ਕੋਈ ਨਵੀਂ ਓਪਰਚੁਨਿਟੀ ਲਿਆ ਕੇ ਦਿੱਤੀਆਂ ਪੰਜਾਬ ਦੇ ਨੌਜਵਾਨਾਂ ਨੂੰ, ਦੱਸਣ। ਉਹ ਤਾਂ ਕੁਝ ਦੱਸਦੇ ਨਹੀਂ। ਫਿਰ ਉਹ ਤਾਂ ਕਹਿੰਦੇ ਨੇ ਕਿ ਜਿਹੜੀਆਂ ਅਸੀਂ ਨੌਕਰੀਆਂ ਦੇ ਰਹੇ ਨੇ, ਜਿਹੜਾ ਬ੍ਰੇਨ ਡਰੇਨ ਹੋ ਰਿਹਾ ਸੀਗਾ, ਬਾਹਰ ਲੋਕ ਮੁੰਡੇ ਜਾ ਰਹੇ ਸੀਗੇ, ਉਹ ਘੱਟ ਗਏ ਨੇ ਇੱਥੇ, ਕਿਉਂਕਿ ਤੁਸੀਂ ਵੀ ਕੋਨਫੈਡਰੇਸ਼ਨ ਆਫ ਸਕੂਲ ਐਂਡ ਕਾਲਜ ਦੇ ਚੇਅਰਮੈਨ ਹੈਗੇ ਹੈ, ਤੁਹਾਨੂੰ ਵੱਧ ਪਤਾ ਹੋਊਗਾ ਕਿ ਬਾਕੀ ਬ੍ਰੇਨ ਡਰੇਨ ਘੱਟ ਗਿਆ ਨਹੀਂ ਘਟਿਆ। ਦੇਖੋ ਜੋਸ਼ੀ ਜੀ ਔਰ ਪੰਜਾਬ ਦੇ ਮੇਰੇ ਬਹੁਤ ਸਿਆਣੇ ਭੈਣੋ ਭਰਾਓ, ਇੱਕ ਬਹੁਤ ਮੁੱਦਾ ਇਹਨਾਂ ਨੇ ਚੱਕਿਆ, ਇੰਪੋਰਟੈਂਟ ਮੁੱਦਾ ਸਾਡੇ ਪੰਜਾਬ ਦੇ ਲਈ। ਪਿਛਲੇ ਚੰਦ ਸਾਲਾਂ ਤੋਂ ਇੱਕ ਨਵਾਂ ਸਿਸਟਮ ਸ਼ੁਰੂ ਹੋਇਆ ਕਿ ਬ੍ਰੇਨ ਡਰੇਨ ਹੋ ਰਿਹਾ। ਮੈਂ ਐਸੋਸੀਏਸ਼ਨ ਨੇ ਡਾਟਾ ਇਕੱਠਾ ਕੀਤਾ, ਸਾਡੀ ਕੋਨਫੈਡਰੇਸ਼ਨ ਆਫ ਕਾਲਜ ਐਂਡ ਸਕੂਲ ਇਨ ਪੰਜਾਬ, ਉਹਦਾ ਮੈਂ ਚੇਅਰਮੈਨ ਹਾਂ। ਮੈਨੂੰ ਦੱਸਿਆ ਕਿ ਹਰ ਸਾਲ 2 ਲੱਖ ਵਿਦਿਆਰਥੀ ਪਲੱਸ 2 ਕਰਨ ਤੋਂ ਬਾਅਦ ਪੰਜਾਬ ਤੋਂ ਬਾਹਰ ਜਾ ਰਹੇ, ਉੱਥੇ ਪੜ੍ਹਨ ਦੇ ਲਈ ਕੈਨੇਡਾ 'ਚ, ਅਮੈਰੀਕਾ 'ਚ, ਨਿਊਜ਼ੀਲੈਂਡ 'ਚ, ਆਸਟ੍ਰੇਲੀਆ 'ਚ, ਯੂਰਪ 'ਚ, UK 'ਚ, ਕੁਛ ਇਲੀਗਲ ਵੀ ਜਾ ਰਹੇ। ਇੱਕ ਬੱਚਾ ਜਦੋਂ ਪੜ੍ਹਨ ਜਾਂਦਾ ਬਾਹਰ, ਅਤੇ ਲਗਭਗ 30 ਲੱਖ ਰੁਪਈਆ ਬੱਚੇ ਦਾ ਲੱਗਦਾ ਉਹਦੇ ਪਰਿਵਾਰ ਦਾ। ਮਾਂ ਬਾਪ ਜਿਹੜੇ ਨੇ ਉਹਨਾਂ ਨੂੰ ਬੱਚਾ ਮਜਬੂਰ ਕਰਦਾ, ਬੱਚੇ ਲੜਕੇ ਲੜਕੀਆਂ ਕਹਿੰਦੇ ਅਸੀਂ ਤਾਂ ਬਾਹਰ ਜਾਣਾ ਜਾਣਾ, ਸਾਡਾ ਸਾਰਾ ਸਾਡੀ ਕਲਾਸ ਬਾਹਰ ਜਾ ਰਹੀ, ਅਸੀਂ ਵੀ ਜਾਵਾਂਗੇ। ਮਾਂ ਬਾਪ ਆਪਣੇ ਘਰ ਨੂੰ, ਆਪਣੀ ਜ਼ਮੀਨ ਨੂੰ ਗਹਿਰੇ ਰੱਖ ਕੇ ਘਰ ਦੀਆਂ ਟੂੰਬਾਂ ਵੇਚ ਕੇ ਅਤੇ ਬੱਚਿਆਂ ਨੂੰ, ਵਿਚਾਰਿਆਂ ਨੂੰ ਬਾਹਰ ਭੇਜਦੇ ਨੇ। ਉੱਥੇ ਜਾ ਕੇ ਫਿਰ ਜੋ ਹਾਲਾਤ ਨੇ, ਉਹ ਤਾਂ ਇੱਕ ਸਰਵੇ ਹੋਇਆ ਪਿਆ, ਤੁਸੀਂ ਦੇਖੋ ਕਦੀ ਪੜ੍ਹ ਲਓ ਇੰਟਰਨੈਟ ਦੇ ਉੱਤੇ, ਜੋ ਬੱਚੇ ਸਾਡੇ ਦਾ ਹਾਲ ਹੁੰਦਾ ਪਿਆ ਉੱਥੇ, ਕਿਸ ਤਰ੍ਹਾਂ ਮਜ਼ਦੂਰਾਂ ਵਾਂਗ ਵਿਚਾਰੇ ਕੰਮ ਕਰਦੇ ਨੇ, ਕਿੱਦਾਂ ਦਿਨ ਰਾਤ ਕੱਢਦੇ ਨੇ, ਉਹ ਸਾਰਾ ਕਰ ਚਲਾ ਜਾਂਦਾ। ਮਾਨ ਸਾਹਿਬ ਨੂੰ ਮੈਂ ਪੁੱਛਣਾ ਚਾਹ ਰਿਹਾ, ਮਾਨ ਸਾਹਿਬ ਇੱਕ ਕਮਿਸ਼ਨ ਬਣਾਓ, 2 ਲੱਖ ਬੱਚਾ ਹਰ ਸਾਲ ਅਤੇ 30 ਦਿਨ 60 ਹਜ਼ਾਰ ਕਰੋੜ ਪੰਜਾਬ ਦੀ ਸਰਮਾਇਆ 'ਚੋਂ ਨਿਕਲ ਕੇ ਬਾਹਰ ਜਾ ਰਿਹਾ, 60 ਹਜ਼ਾਰ ਕਰੋੜ ਹਰ ਸਾਲ ਪਿਛਲੇ ਕਿੰਨੇ ਸਾਲਾਂ ਦਾ ਜਾ ਰਿਹਾ, ਤੁਸੀਂ ਇਮੇਜਿਨ ਕਰੋ ਕਿੰਨੇ ਲੱਖ ਕਰੋੜ ਪੰਜਾਬ ਦਾ ਇੱਥੋਂ ਦੀ ਵੈਲਥ ਜਿਹੜੀ ਹੈ ਉਹ ਬਾਹਰ ਚਲੇ ਗਈ। ਔਰ ਜਿੰਨਾ ਗੋਰਿਆਂ ਕੋਲ ਅਸੀਂ ਆਜ਼ਾਦੀ ਲਿੱਤੀ, ਸ਼ਹੀਦੇ ਅੱਜ ਭਗਤ ਸਿੰਘ ਨੇ ਫਾਂਸੀ ਦਾ ਫੰਦਾ ਚੁੰਮ ਕੇ ਗਲੇ 'ਚ ਪਾਇਆ ਸੀ ਕਿ ਅਸੀਂ ਗੋਰਿਆਂ ਦੇ ਗੁਲਾਮ ਨਹੀਂ ਰਹਿਣਾ, ਅਤੇ ਸਾਡੇ ਪੰਜਾਬੀ ਫਿਰ ਬੱਚੇ ਜਾ ਕੇ ਉੱਥੇ ਫਿਰ ਗੁਲਾਮੀ ਕਰਨ ਲੱਗੇ। ਫਿਰ ਤੁਹਾਡੀ ਕਾਂਗਰਸ ਸਰਕਾਰ 'ਤੇ ਆਰੋਪ ਲਗਾਉਂਦੇ ਨੇ ਕਿ ਉਹਨਾਂ ਨੇ ਕੁਛ ਕੀਤਾ ਨਹੀਂ ਤਾਂ ਸਟੂਡੈਂਟ ਬਾਹਰ ਜਾ ਰਹੇ ਨੇ, ਕਾਂਗਰਸ ਮਰ ਗਈ ਅਤੇ ਇਹ ਵੀ ਮਾਰਨ ਡੇ, ਉਸ ਤੋਂ ਵੱਧ ਇਹ ਹੁਣ ਵੱਧ ਜਾ ਰਹੇ ਨੇ। ਸਵਾਲ ਇਹ ਹੈ ਕਿ ਸਾਡੀ ਲੜਾਈ ਕਾਂਗਰਸ 'ਚ ਵੀ ਇਹ ਸੀ ਕਿ ਤੁਸੀਂ ਇਸ ਚੀਜ਼ 'ਤੇ ਡਿਸਕਸ਼ਨ ਕਿਉਂ ਨਹੀਂ ਕਰਦੇ? ਹਮੇਸ਼ਾ ਕੁਰਸੀ ਦੀ ਲੜਾਈ ਰਹਿੰਦੀ ਕਾਂਗਰਸ 'ਚ, ਇਹ ਕਿਉਂ ਨਹੀਂ ਡਿਸਕਸ ਕਰਦੇ ਕਿ ਬੱਚੇ ਬਾਹਰ ਕਿਉਂ ਜਾ ਰਹੇ ਆ? ਕਿਆ ਉਹਨਾਂ ਨੂੰ ਇੱਥੇ ਓਪਰਚੁਨਿਟੀ ਨਹੀਂ ਮਿਲ ਸਕਦੀਆਂ? ਜੇ ਬਾਹਰ ਜਾ ਕੇ ਮਿਹਨਤ ਕਰਕੇ ਬੱਚੇ ਲੱਖਾਂ ਰੁਪਏ ਕਮਾ ਸਕਦੇ ਪੜ੍ਹ ਕੇ, ਤਾਂ ਇੱਥੇ ਵੀ ਕਮਾ ਸਕਦੇ ਨੇ, ਇੱਕ ਮੌਕਾ ਨਹੀਂ ਮਿਲਦਾ ਪਿਆ ਪੰਜਾਬ ਦੇ ਨੌਜਵਾਨਾਂ ਨੂੰ, ਇੱਕ ਓਪਰਚੁਨਿਟੀ ਨਹੀਂ ਮਿਲਦੀ। ਓਪਰਚੁਨਿਟੀ ਕ੍ਰੀਏਟ ਕਰਨਾ ਕਿਹਦਾ ਕੰਮ ਹੈ? ਸਰਕਾਰਾਂ ਦਾ ਕੰਮ ਹੈ। ਸਰਕਾਰ ਕ੍ਰੀਏਟ ਕਰੇਗੀ ਤਾਂ ਬੱਚੇ ਇੱਥੇ ਵੀ ਮਿਹਨਤ ਕਰ ਲੈਣਗੇ। ਬੱਚੇ ਬਾਹਰ ਜਾਈ ਜਾਂਦੇ ਨੇ, ਬੁੱਢਾ ਬੁੱਢੀ ਘਰ ਬੈਠੇ ਤੇ ਮਾਂ ਬਾਪ ਉਹ ਇੱਕ ਦੂਜੇ ਦੇਖ ਕੇ ਰੋਈ ਜਾਂਦੇ ਨੇ। ਹਾਲਾਤ ਬੁਰੇ ਨੇ, ਬਹੁਤ ਡੇਂਜਰਸ ਨੇ। ਆਹ ਟ੍ਰੈਂਡ ਅਗਰ ਨਹੀਂ ਰੋਕਿਆ ਗਿਆ, ਪੰਜਾਬ ਸਰਮਾਏ ਤੌਰ 'ਤੇ, ਸਮਾਜਤਾ ਦੀ ਤੌਰ 'ਤੇ ਵੀ ਖਤਮ ਹੋ ਜਾਏਗਾ, ਔਰ ਸੋਸ਼ਲੀ ਵੀ ਸਿਰਫ ਬਜ਼ੁਰਗ ਰਹਿ ਜਾਣਗੇ, ਨਿਆਣੇ ਬਾਹਰ ਚਲੇ ਜਾਣਗੇ। 2 ਲੱਖ ਬੱਚਾ ਥੋੜ੍ਹਾ ਨਹੀਂ ਹੁੰਦਾ, ਇਹ ਬਾਹਰ ਜਾ ਰਿਹਾ। ਸਰਕਾਰ ਦਾ ਫਰਜ਼ ਹੈ ਇਮੀਡੀਏਟਲੀ। ਮੈਂ ਭਾਰਤੀ ਜਨਤਾ ਪਾਰਟੀ ਦਾ ਚੀਫ ਕੋਆਰਡੀਨੇਟਰ ਪ੍ਰਵਕਤਾ ਹੋਣ ਦੇ ਨਾਤੇ ਇਹ ਮੰਗ ਕਰਨਾ ਕਿ ਇਮੀਡੀਏਟਲੀ ਇਹ ਕਮਿਸ਼ਨ ਬਣਾਇਆ ਜਾਵੇ, ਔਰ ਇਹ ਸੋਚਿਆ ਜਾਵੇ, ਡਿਸਕਸ਼ਨ ਕੀਤੀ, ਆਲ ਪਾਰਟੀ ਦੇ ਲੀਡਰਸ ਨੂੰ ਬੁਲਾਓ, ਇੰਟਲੈਕਚੁਅਲਸ ਨੂੰ, ਯੂਨੀਵਰਸਿਟੀ 'ਚੋਂ ਬੰਦਿਆਂ ਨੂੰ ਬੁਲਾਓ, ਔਰ ਸੋਚੋ
ਕਿ ਕੀ ਐਸਾ ਕੀਤਾ ਜਾਵੇ ਪੰਜਾਬ 'ਚ ਕਿ ਸਾਡੇ ਬੱਚੇ ਬਾਹਰ ਨਾ ਜਾਣ ਔਰ ਸਾਡੇ ਮਾਂ ਬਾਪ ਜਿਹੜੇ ਇਕੱਲੇ ਨਾ ਰੋਂਦੇ ਫਿਰਨ। ਔਰ ਇੱਥੇ ਪੰਜਾਬ 'ਚ ਓਪਰਚੁਨਿਟੀਆਂ ਕਿਹੜੀਆਂ ਆ ਸਕਦੀਆਂ ਅਸੀਂ ਦੱਸਾਂਗੇ, ਸਾਨੂੰ ਪਤਾ, ਲੋਕ ਮੌਕਾ ਦੇਣ ਭਾਰਤੀ ਜਨਤਾ ਪਾਰਟੀ ਨੂੰ, ਅਸੀਂ ਕਰਕੇ ਦਿਖਾਵਾਂਗੇ, ਸਾਡੀ ਪਾਰਟੀ ਕਰਕੇ ਦਿਖਾਵੇਗੀ ਕਿ ਨਾ ਕੇਵਲ ਪੰਜਾਬ ਦੇ ਬੱਚੇ ਇੱਥੇ ਰਹਿਣਗੇ ਬਲਕਿ ਬਾਹਰ ਦੇ ਬੱਚੇ ਵਾਪਸ ਆਉਣਗੇ ਇੱਥੇ ਫਿਰ ਕੰਮ ਕਰਨ। ਤੁਸੀਂ ਕਿਹਾ ਲੋਕ ਮੌਕਾ ਦੇਣ ਭਾਰਤੀ ਜਨਤਾ ਪਾਰਟੀ ਨੂੰ, ਕਿਆ ਮੌਕੇ ਨੂੰ ਲੈ ਕੇ ਹੁਣ ਜਿਹੜੀ ਹੈਗੀ ਆ ਅਕਾਲੀ ਦਲ ਨਾਲ ਗਠਬੰਧਨ ਹੋਣ ਜਾ ਰਿਹਾ? ਦੇਖੋ, ਅਕਾਲੀ ਦਲ ਸੁਖਬੀਰ ਜੀ ਪ੍ਰਧਾਨ ਨੇ, ਉਹਨਾਂ ਦੀ ਆਪਣੀ ਪਾਰਟੀ ਆਪਣੀ ਵਿਚਾਰਧਾਰਾ, ਸਾਡੀ ਆਪਣੀ ਪਾਰਟੀ ਆਪਣੀ ਵਿਚਾਰਧਾਰਾ। ਇਹਨਾਂ ਦੋਨਾਂ ਪਾਰਟੀਆਂ ਦਾ ਸਿਧਾਂਤਿਕ ਤੌਰ 'ਤੇ ਪਹਿਲਾਂ ਗਠਬੰਧਨ ਰਿਹਾ ਔਰ ਕਾਫੀ ਲੰਬਾ ਰਿਹਾ, ਗਠਬੰਧਨ ਟੁੱਟਿਆ, ਹੁਣ ਸੰਸ਼ੋਧਨ ਹੋ ਰਹੇ ਨੇ। ਇਹ ਗਠਬੰਧਨ ਹੁੰਦਾ ਕਿ ਨਹੀਂ ਹੁੰਦਾ ਇਹ ਤਾਂ ਸਾਡੀ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਜਿਹੜੀ ਫੈਸਲਾ ਕਰੇਗੀ, ਪਰ ਇੱਕ ਗੱਲ ਜ਼ਰੂਰ ਹੈ ਕਿ ਉਹ ਲੋਕ ਜਿਹੜੇ ਕਿ ਪੰਜਾਬ ਦਾ ਦਰਦ ਕਰਦੇ ਦਿਲੋਂ, ਜਿਹੜੇ ਪੰਜਾਬ ਦਾ ਭਲਾ ਕਰਨਾ ਚਾਹੁੰਦੇ ਆ, ਉਹਨਾਂ ਨੂੰ ਅੱਜ ਇਕੱਠੇ ਹੋਣ ਦੀ ਲੋੜ, ਇਕੱਠੇ ਹੋ ਕੇ ਅਸੀਂ ਸਰਕਾਰਾਂ ਬਣਾਈਏ, ਮੈਂਬਰ ਪਾਰਲੀਮੈਂਟ ਆਪਣੇ ਜਾਣ, ਕੇਂਦਰ ਸਰਕਾਰ ਤੋਂ ਸਪੋਰਟ ਲਈਏ ਅਤੇ ਪੰਜਾਬ ਦੇ ਬੱਚਿਆਂ ਦਾ ਭਵਿੱਖ ਸੰਭਾਲੀਏ। ਤੁਸੀਂ ਇਸ ਗੱਲ ਦੇ ਪੱਖ 'ਚ ਕਿ ਗਠਬੰਧਨ ਖੋਲ੍ਹਣਾ ਚਾਹੀਦਾ? ਮੈਂ ਇਸ ਦੇ ਉੱਤੇ ਕੋਈ ਆਪਣਾ ਵਿਊ ਨਹੀਂ ਦੇਣਾ ਚਾਹੁੰਦਾ, ਮੈਂ ਜਨਰਲੀ ਗੱਲ ਕੀਤੀ ਸਾਰੇ, ਨੋਟ ਓਨਲੀ ਅਕਾਲੀ ਦਲ, ਕਾਂਗਰਸ 'ਚੋਂ ਵੀ, ਆਪ 'ਚੋਂ ਵੀ, ਜਿਹੜੇ ਬੰਦੇ ਪੰਜਾਬ ਦਾ ਭਲਾ ਚਾਹੁੰਦੇ ਸਾਰੇ ਬੀਜੇਪੀ ਦੇ ਝੰਡੇ ਥੱਲੇ ਆਉਣ। ਔਰ ਗਠਬੰਧਨ ਕਰਨਾ ਨਹੀਂ ਕਰਨਾ ਸਾਡੀ ਹਾਈਕਮਾਂਡ ਦਾ ਪ੍ਰੋਰੋਗੇਟਿਵ, ਮੇਰਾ ਜਿੰਨਾ ਪ੍ਰੋਰੋਗੇਟਿਵ ਆ ਮੈਂ ਦੱਸ ਰਿਹਾ ਕਿ ਅਸੀਂ ਕੰਮ ਕਰਨਾ ਚਾਹੁੰਦੇ ਹਾਂ। ਪੰਜਾਬ ਦੇ ਜਿੰਨੇ ਬੀਜੇਪੀ ਦੇ ਲੀਡਰਸ ਨੇ, ਸਾਡੇ ਜਾਖੜ ਸਾਹਿਬ ਨੇ, ਬਾਕੀ ਸਾਰੇ ਸਾਥੀ, ਅਸੀਂ ਪੰਜਾਬ ਦਾ ਕੰਮ ਕਰਨਾ ਚਾਹੁੰਦੇ, ਪੰਜਾਬ ਨੂੰ ਅੱਗੇ ਲਿਜਾਣਾ ਚਾਹੁੰਦੇ, ਪੰਜਾਬ ਦੇ ਲੋਕਾਂ ਦਾ ਦਰਦ ਕਰਦੇ ਹਾਂ। ਪਾਰਟੀ 'ਚ ਵੀ ਲੜਾਈ ਲੜਾਂਗੇ, ਸਰਕਾਰ 'ਚ ਵੀ ਲੜਾਈ ਲੜਾਂਗਾ, ਲੜਾਈ ਕੁਰਸੀ ਦੀ ਨਹੀਂ ਲੜਾਂਗੇ ਜਿਸ ਤਰ੍ਹਾਂ ਕਾਂਗਰਸ 'ਚ ਹੁੰਦਾ, ਅਸੀਂ ਪੰਜਾਬ ਦੇ ਲੋਕਾਂ ਦੀ ਲੜਾਈ ਲੜਾਂਗੇ ਔਰ ਇੱਥੇ ਹਿੱਸਾ ਪੰਜਾਬ ਦਾ ਲੈ ਕੇ ਆਵਾਂਗੇ ਦੇਸ਼ 'ਚ। ਸਾਡੀ ਆਪਣੀ ਪਾਰਟੀ ਹੈ, ਸਾਡੇ ਆਪਣੇ ਪ੍ਰਧਾਨ ਮੰਤਰੀ ਨੇ, ਸਾਡੇ ਆਪਣੇ ਹੋਮ ਮਿਨਿਸਟਰ ਨੇ, ਅਸੀਂ ਤਰਲਾ ਮਾਰ ਕੇ ਵੀ ਲਿਆ ਸਕਦੇ ਹਾਂ ਔਰ ਪੰਜਾਬ ਦਾ ਭਲਾ ਕਰਾ ਸਕਦੇ ਹਾਂ। ਸਿਰਫ ਜ਼ਰੂਰਤ ਇਸ ਵੇਲੇ ਹੈ ਕਿ ਸੰਗਠਿਤ ਹੋਈਏ, ਪੰਜਾਬ ਨੂੰ ਬਚਾਉਣਾ। ਬਹੁਤ ਖਤਰਨਾਕ ਸਮੇਂ ਜਿਹੜਾ ਵਾ ਅੱਗੇ ਦਿਖ ਰਿਹਾ ਕਿ ਜੇ ਨੌਜਵਾਨ ਨਹੀਂ ਹੋਣਗੇ ਦੇਸ਼ ਕਿੱਦਾਂ ਚੱਲੇਗਾ, ਪੰਜਾਬ ਕਿੱਦਾਂ ਚੱਲੇਗਾ? ਕਾਂਗਰਸ ਜਿਹੜੀ ਹੈਗੀ ਹੈ ਉਸ 'ਚ ਖਾਨਾ ਜੰਗੀ ਇੱਕ ਵਾਰੀ ਫਿਰ ਚੱਲੀ ਹੋਈ ਹੈ, ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਇਲੈਕਸ਼ਨ 'ਚ, ਪਹਿਲਾਂ ਵੀ ਲੋਕ ਸਭਾ ਵਿਧਾਨ ਸਭਾ ਇਲੈਕਸ਼ਨ ਤੋਂ ਪਹਿਲਾਂ ਸੀਗੀ, ਹੁਣ ਲੋਕ ਸਭਾ ਇਲੈਕਸ਼ਨ ਨੇ, ਹੁਣ ਫਿਰ ਹੋਈ ਹੈ, ਇਹ ਵੀ ਥੋੜ੍ਹਾ ਕਮੈਂਟ ਚਾਹਾਂਗਾ ਕਿ ਕੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਸ ਨੂੰ? ਮੈਂ ਸਮਝਣਾ ਜੋ ਬੀਤ ਗਈ ਸੋ ਬਾਤ ਗਈ, ਉਹ ਕਹਿੰਦੇ ਨਾ ਏਕ ਥੀ ਕਾਂਗਰਸ, ਤਾਂ ਮੈਂ ਕਹਿੰਦਾ ਜੋ ਬੀਤ ਗਈ ਸੋ ਬਾਤ ਗਈ, ਕੁਛ ਨਹੀਂ ਪਹਿਲੇ ਕਾਂਗਰਸ ਦੇ, ਕੋਈ ਸੀਟ ਸੂਟ ਨਹੀਂ ਉਹਨਾਂ ਦੇ ਆਉਣੀ, ਉਹਨਾਂ ਆਪਾਂ 'ਚ ਲੜਦੇ ਰਹਿਣਾ। ਉੱਥੇ ਲੜਾਈ ਸਿਰਫ ਕੁਰਸੀ ਦੀ ਹੈ, ਉੱਥੇ ਲੜਾਈ ਸਿਰਫ ਅਹਿਮ ਦੀ ਹੈ, ਸਿਰਫ ਇੱਕ ਦੂਜੇ ਨੂੰ ਥੱਲੇ ਦਿਖਾਉਣ ਦੀ ਹੈ। ਸੱਚੀ ਮੁੱਚੀ ਮੈਂ ਕਾਂਗਰਸ ਦੀ ਮੀਟਿੰਗ ਜਾਂਦਾ ਰਿਹਾ, ਮੈਂ ਇੱਕ ਮੀਟਿੰਗ 'ਚ ਨਹੀਂ ਦੇਖਿਆ ਪਿਛਲੇ 7 ਸਾਲਾਂ 'ਚ ਕਿ ਲੋਕਾਂ ਦੇ ਮੁੱਦਿਆਂ 'ਤੇ ਲੜਾਈ ਹੁੰਦੀ ਹੋਵੇ। ਅਸੀਂ ਜਦੋਂ 85 'ਚ MLA ਬਣੇ, ਮੈਂ CLP ਮੀਟਿੰਗ ਜਾਣਾ, ਅਸੀਂ ਲੜਨਾ ਕਿ ਬਟਾਲੇ ਲੋਕਾਂ ਲਈ ਆਹ ਚਾਹੀਦਾ, ਪ੍ਰਤਾਪ ਹੋਣਾ ਨੇ ਲੜਨਾ ਕਿ ਆਹ ਚਾਹੀਦਾ। ਅਸੀਂ ਪਹਿਲਾਂ ਇਸ਼ੂਜ਼ 'ਤੇ ਲੜਾਈ ਲੜਦੇ ਸੀ, ਅੱਜ ਇਸ਼ੂ ਦੀ ਲੜਾਈ ਕਾਂਗਰਸ 'ਚ ਮੈਂ ਤਾਂ ਨਿਜੇ ਦੇਖੀ ਪਿਛਲੇ 8-10 ਸਾਲ 'ਚੋਂ। ਪੰਜਾਬ ਕਾਂਗਰਸ ਦੀ ਮੀਟਿੰਗ ਹੁੰਦੀ ਆ, ਉਹ ਉਹਨੂੰ ਥੱਲੇ ਲਾਉਂਦਾ, ਉਹਨੂੰ ਥੱਲੇ ਲਾਉਂਦਾ, ਸਿਰਫ ਉਹ ਕੁਰਸੀ ਦੀ ਲੜਾਈ ਲੜਦੇ ਆ, ਉੱਥੇ ਸਿਰਫ ਕੋਈ ਲੋਕਾਂ ਦੇ ਮੁੱਦਿਆਂ ਦੀ ਲੜਾਈ ਹੈ ਹੀ ਨਹੀਂ ਹੈ। BJP 'ਚ ਆਏ ਹਾਂ, ਸਾਨੂੰ ਮੈਨੂੰ 6-7 ਮਹੀਨੇ ਹੋਏ ਆ, ਮੈਂ ਦੇਖਿਆ ਇੱਥੇ ਗੱਲ ਹੀ ਡਿਵੈਲਪਮੈਂਟ ਦੀ ਹੁੰਦੀ ਹੈ। ਮੋਦੀ ਸਾਹਿਬ ਨੇ ਇਹ ਕੀਤਾ, ਆਪਾਂ ਨੂੰ ਇਹ ਕਰਨਾ ਚਾਹੀਦਾ, ਇੱਥੇ ਤਾਂ ਗੱਲ ਸਿਰਫ ਲੋਕਾਂ ਦੀ ਹੋ ਰਹੀ ਹੈ, ਕੋਈ ਲੀਡਰਸ਼ਿਪ ਦੀ ਲੜਾਈ ਹੈ ਨਹੀਂ, ਕੋਈ ਅਹੁਦਾ ਮੰਗਦਾ ਹੀ ਕੋਈ ਨਹੀਂ। ਮੈਂ ਤਾਂ ਦੇਖਿਆ ਕੋਈ ਅਹੁਦਾ ਨਹੀਂ ਮੰਗਦਾ, ਜਿਹਨੂੰ ਜੋ BJP ਦੀ ਲੀਡਰਸ਼ਿਪ ਡਿਊਟੀ ਲਾਉਂਦੀ ਹੈ, ਅਸੀਂ ਕੰਮ ਕਰਨੇ, ਡਿਸਿਪਲਿਨ ਫੋਰਸ ਹੈ ਆਪਣੀ, ਕੰਮ ਕਰਕੇ ਦਿਖਾਇਆ, ਕੰਮ ਕਰਕੇ ਦੱਸਾਂਗੇ। ਪਹਿਲਾਂ ਜਦੋਂ BJP ਅਕਾਲੀ ਦਲ ਦਾ ਸਮਝੌਤਾ ਸੀਗਾ, ਉਦੋਂ ਹੋਰ ਹਿਸਾਬ ਦਾ ਸੀਗਾ, ਹੁਣ BJP ਪੂਰੀ ਪਾਵਰ 'ਚ ਆ ਕੇਂਦਰ 'ਚ, ਅਸੀਂ ਜੇ ਪਾਵਰ 'ਚ ਆਉਂਦੇ ਹਾਂ, ਇਕੱਲੇ ਤੌਰ 'ਤੇ ਆਈਏ, ਸਮਝੌਤੇ ਦੇ ਤੌਰ 'ਤੇ, ਜਿੱਦਾਂ ਵੀ ਆਏ, ਜਿੱਦਾਂ ਸਾਡੇ ਸਾਨੂੰ ਆਸ਼ੀਰਵਾਦ ਲੋਕ ਦੇਣਗੇ, ਅਤੇ ਕਰਕੇ ਦੱਸਾਂਗੇ। ਇਹ ਮੌਕਾ BJP ਦਾ, ਸਮੇਂ BJP ਦਾ ਆ ਰਿਹਾ। ਜੀ ਮੀਡੀਆ ਨਾਲ ਗੱਲ ਕਰਨੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੋਸ ਸਾਹਿਬ।
ਸ਼ੁਕਰੀਆ, ਜੈ ਸ਼੍ਰੀ ਰਾਮ। ਇਹ ਸਨ ਅਸ਼ਵਨੀ ਸੇਖੜੀ ਜੀ ਨੇ ਸਪਸ਼ਟ ਕੀਤੀ ਕਿ ਪੰਜਾਬ ਨੂੰ ਅੱਗੇ ਲਿਜਾਣ ਵਾਸਤੇ ਸਾਰੀਆਂ ਪਾਰਟੀਆਂ ਦੇ ਜਿਹੜੇ ਵੱਡੇ ਵੱਡੇ ਲੀਡਰ ਨੇ ਜੋ ਕੰਮ ਕਰਨਾ ਚਾਹੁੰਦੇ ਪੰਜਾਬ ਵਾਸਤੇ, ਉਹਨਾਂ ਨੂੰ ਬੀਜੇਪੀ 'ਚ ਆਉਣਾ ਚਾਹੀਦਾ ਤਾਂ ਕਿ ਅਸੀਂ ਪੰਜਾਬ ਨੂੰ ਖੁਸ਼ਹਾਲ ਬਣਾ ਸਕੀਏ। ਕੈਮਰਾ ਪਰਸਨ ਅਸ਼ਵਨੀ ਮਨਾਸ ਅਤੇ ਪ੍ਰਮੋਦ ਸਿੰਘ ਦੇ ਨਾਲ ਮਨੋਜ ਜੋਸ਼ੀ, ਜੀ ਮੀਡੀਆ, ਚੰਡੀਗੜ੍ਹ।